ਲੋਕ ਆ ਸਾਈਡ 'ਤੇ ਦਾ ਤੁਹਾਡਾ ਪਤਾ ਕਰੇ ਤੂੰ ਪਹਿਲਾਂ ਉੱਥੇ ਰਾਤ ਉੱਥੇ ਖਲਵਾ ਕੇ ਚੁੱਕੇ ਹਨ ਖਲਵਾ ਕੇ ਰਾਤ ਗੁਜ਼ਾਰ ਛੇੜੀ ਸੀ ਸਾਨੂੰ ਸ਼ਾਮਾਂ ਮਗਰਬ ਤੋਂ ਬਾਅਦ ਦਾ ਮਗਰਬ ਸਲਾਹ ਦਾ ਦੌਰਾਨ ਇਹ ਕੰਮ ਹੋਏ ਆ ਸੀ ਲੇਕਿਨ ਸ਼ੁਰਤਿਆਂ ਸਾਨੂੰ ਛੱਡਿਆ ਸੀ ਸਵੇਰੇ ਈਦ ਦੀ ਨਮਾਜ਼ ਤੋਂ ਪਹਿਲਾਂ ਯਾਨੀ ਇਹਦਾ ਛੱਡਿਆ ਤਾਂ ਉਹ ਆ ਕੇ ਮਸਜਿਦ ਵਿੱਚ ਕੱਪੜੇ ਪਾ ਕੇ ਵੱਡੀ ਮਸਜਿਦ ਵਿੱਚ ਅਤੇ ਇੱਕ ਰਕਾਤ ਈਦ ਦੀ ਲੱਭੀ ਸੀ ਦੂਜੀ ਵੀ ਨਹੀਂ ਸੀ ਲੱਭੀ ਨਹੀਂ ਸਮਝ ਆਈ ਅਤੇ ਜਿਹੜਾ ਮੈਂ ਇਹਨਾਂ ਲਾਇਆ ਕੱਪੜੇ ਕੱਪੜੇ ਪਾ ਗੱਡੀ ਜਮਨੀ ਨੇ ਇਹ ਗੱਲ ਲਵਾ ਲਏ ਰਾਤ ਦਾ ਸਬਜ਼ੀ ਪਿਛਲਾ ਵੀ ਪਰੇਸ਼ਾਨ ਸੀ ਅਤੇ ਅੱਗੋਂ ਜਮਨੀ ਇੰਤਜ਼ਾਰ ਸਾਰੀ ਰਾਤ ਸਮਝੋ ਕਿ ਉਹਨੇ ਅੱਗੇ ਹੁਣ ਜਿਹੜੇ ਜੀਵ ਖੁੱਲ੍ਹਦਾ ਗਿਆ ਰਾਹ ਅਤੇ ਮੈਂ ਕਿਹਾ ਰਾਹ ਖੁੱਲ੍ਹ ਗਿਆ ਮੈਂ ਆ ਕੇ ਤਕਲੀਫ ਪੂਰ ਲਈ ਉਹਨੇ ਗੱਡੀ ਲਵਾਈ ਗੱਡੀ ਲਵਾ ਕੇ ਅਤੇ ਮੈਂ ਆਇਆ ਵਾਂ ਮੈਂ ਇਹਨਾਂ ਵਾਸਤੇ ਮੈਂ ਕਿਹਾ ਚਲੋ ਹੁਣ ਹਾਲੀ ਕੀ ਜਾਣਾ ਕਿ ਮਠਿਆਈ ਨਹੀਂ ਲੈ ਉੱਥੇ ਉਹ ਵੀ ਵੱਡੇ ਆ ਰਹੀ ਸੀ ਅੱਛਾ ਉਹ ਲੈ ਕੇ ਅਤੇ ਮੈਂ ਦੁਕਾਨ 'ਚ ਬਾਹਰ ਨਿਕਲਿਆ ਅਤੇ ਮੈਨੂੰ ਪਤਾ ਲੱਗਿਆ ਮੈਂ ਇਹਨਾਂ ਨਾਲ ਰੋਟੀ ਵੀ ਖਾਧੀ ਰੋਟੀ ਛੋਟੀ ਖਾ ਕੇ ਅਤੇ ਜਿਹੜਾ ਨਾ ਯਾਨੀ ਇਹਨਾਂ ਨੂੰ ਮੈਂ ਮਹਿਸੂਸ ਨਹੀਂ ਕਰਾਇਆ